अपनी जिंदगी दे अखीरले दिनां विच जेकर सिद्धू मूसेवाला किसे नाल सब तो ज़्यादा वरत रहा सी तां उह गिल रौंता ही सी। गिल रौंते दी ही लिखी हुई जस आई एम स्टूडेंट मूवी भी सिद्धू मूसेवाले ने कीती सी। ते हुण सिद्धू मूसेवाले दे यार गिल रौंता ने स्टेज तो काफ़ी खरियां ते तत्तियां गल्लां सुनाईयां ते नाल ही दस्या कि क्यों मैनू लोग सिद्धू करके गालां कढ़दे सी। असल च असीं समझी इह बैठे आं वी असीं तां कम्मां करां ते जाणा है साडे जवाकां नूं टीवी च गाउण वाला मत दे दे ਤਾਂ ਕਰਕੇ ਅਸੀਂ ਬਹੁਤੀਆਂ ਗੱਲਾਂ ਬਿਨਾਂ ਸੋਚੇ ਤੋਂ ਹੀ ਉਹਦੇ ਤੇ ਮੜਦੇ ਰਹੇ। ਉਹਨੂੰ ਸਮਾਜ ਨੇ ਤੰਗੀ ਦਿੱਤੀ ਜੋ ਮੈਂ ਉਹਦੇ ਨੇੜਿਓਂ ਮਹਿਸੂਸ ਕੀਤੀ। ਹੋ ਸਕਦਾ ਮੈਂ ਵੀ ਉਹਨਾਂ 'ਚ ਹੋਵਾਂ, ਮੈਂ ਕੋਈ ਬਰੀ ਨਹੀਂ ਕਰਦਾ ਆਪਦੇ ਆਪ ਨੂੰ, ਪਰ ਅਸੀਂ ਤੁਸੀਂ ਮੈਨੂੰ ਲੱਗਦਾ ਉਹਦੀ ਮੌਤ ਦੇ ਉਹਦੇ ਚਲੇ ਜਾਣ ਦੇ ਸਾਰੇ ਜ਼ਿੰਮੇਵਾਰ ਵੀ ਆ ਕਿਤੇ ਨਾ ਕਿਤੇ। ਕੋਈ ਚੀਜ਼ ਅਚਨਚੇਤ ਨਹੀਂ ਵਾਪਰ ਜਾਂਦੀ। ਇਉਂ ਨਹੀਂ ਹੋ ਗਿਆ ਵੀ ਉਹਦਾ ਕਿਸੇ ਨਾਲ ਰੌਲਾ ਪੈ ਗਿਆ ਅਤੇ ਉਹਨਾਂ ਨੇ ਗੋਲੀਆਂ ਮਾਰਤੀਆਂ। ਕਿਸੇ ਚੀਜ਼ ਲਈ ਮਾਹੌਲ ਤਿਆਰ ਹੁੰਦਾ। ਅਸੀਂ ਸੋਸ਼ਲ ਮੀਡੀਆ ਤੇ ਐਡਾ ਭੱਦਾ ਮਾਹੌਲ ਤਿਆਰ ਕਰਕੇ ਰੱਖਿਆ, ਉਹਨੂੰ 500-700 ਬੰਦਾ ਰੋਜ਼ ਗਾਲ ਕੱਢਦਾ ਸੀ ਇੰਟਰਨੈਟ ਤੇ, ਇੰਨਾ ਉਹਨੇ ਮਾੜਾ ਨਹੀਂ ਕੀਤਾ ਸੀ। ਕਈ ਵਾਰੀ ਘਟਨਾਵਾਂ ਵਾਪਰ ਜਾਂਦੀਆਂ ਨੇ। ਹੁਣ ਉਹਦੇ ਹੋਣ ਵੇਲੇ ਕਈ ਵਾਰੀ ਮੈਂ ਮਹਿਸੂਸ ਕਰਦਾ ਸੀ ਜਦੋਂ ਕੋਈ ਉਹਦੀ ਕੰਟਰੋਵਰਸੀ ਛੱਡਦੀ ਸੀ, ਕੋਈ ਰੌਲਾ ਛੱਡਦਾ ਸੀ, ਤਾਂ ਨਾਲ ਮੈਨੂੰ ਵੀ ਮੈਸੇਜ ਮਾੜੇ ਚੰਗੇ ਆਉਣੇ, ਤੂੰ ਉਹਦੇ ਨਾਲ ਕਿਉਂ ਰਹਿਣਾ, ਹਿੱਸੇ ਬਹਿੰਦੀ ਕੋਈ 1% ਗਾਲ ਉੱਪਰ ਮੈਨੂੰ ਮਿਲਦੀ ਰਹੀ। ਉਹਨੂੰ ਤਾਂ ਬਹੁਤ ਟੋਲਰੇਟ ਕੀਤਾ ਗਿਆ, ਟ੍ਰੋਲ ਕੀਤਾ ਗਿਆ, ਪਰ ਜਦੋਂ ਉਹ ਚੱਲਿਆ ਗਿਆ ਤਾਂ ਮੈਂ ਮਹਿਸੂਸ ਕਰਦਾ ਉਹਦੇ ਜਾਣ ਤੋਂ ਬਾਅਦ ਜੋ ਮੁਹੱਬਤ ਤੇਰੇ ਵਰਗੇ ਭਰਾ ਕਹਿੰਦੇ ਨੇ ਤੂੰ ਉਹਦਾ ਆੜੀ ਹੈ, ਤਾਂ ਮੈਨੂੰ ਲੱਗਦਾ ਉਹਦਾ ਆੜੀ ਕਹਾਉਣਾ ਵੀ ਕਿਸੇ ਦੁਆ ਵਰਗਾ, ਉਹਦਾ ਦੋਸਤ ਕਹਾਉਣਾ ਵੀ ਕਿਸੇ ਅਵਾਰਡ ਤੋਂ ਘੱਟ ਨਹੀਂ। ਤੂੰ ਧੁਰੋਂ ਲਿਖਾ ਕੇ ਆਇਆ, ਤੂੰ ਧੁਰੋਂ ਲਿਖਾ ਕੇ ਜਿੱਤਾਂ ਫੇਰਾ ਪਾਇਆ ਦੁਨੀਆਂ ਤੇ, ਵਾਂਗ ਸਿਕੰਦਰ ਸ਼ਰੇਆਮ ਤੂੰ ਛਾਇਆ ਦੁਨੀਆਂ ਤੇ, ਮੱਥੇ ਲੱਗ ਕਲਿਆਣ ਕਰੇ ਤੂੰ ਧੂਣੇ ਦੀ ਕਿਸੇ ਸੁਆਹ ਵਰਗਾ। ਸਿੱਧੂਆ ਤੂੰ ਸੱਚੀ ਹੋ ਗਿਆ ਓਏ, ਹੋ ਗਿਆ ਹੋਏ ਖੁਦਾ ਵਰਗਾ, ਤੂੰ ਸੱਚੀ ਹੋ ਗਿਆ ਓਏ, ਹੋ ਗਿਆ ਹੋਏ ਖੁਦਾ ਵਰਗਾ, ਤੇਰਾ ਯਾਰ ਕਹਾਉਣਾ, ਯਾਰ ਕਹਾਉਣਾ ਵੀ ਆ ਕਿਸੇ ਦੁਆ ਵਰਗਾ। ਤੈਨੂੰ ਤਾਨੇ ਮਾਰੇ ਲੋਕਾਂ, ਰੱਜ ਰੱਜ ਕੇ ਮੰਦਾ ਆਖਿਆ ਸੀ, ਵਸਦਾ ਰਹੇ ਪੰਜਾਬ ਸਦਾ ਤੇਰੀ ਇਹੀ ਭਾਖਿਆ ਸੀ, ਸਭ ਦੇ ਸੀਨੇ ਠਾਰੇ ਤੂੰ ਵਗਦੀ ਸ਼ੀਤ ਹਵਾ ਵਰਗਾ। ਸਿੱਧੂਆ ਤੂੰ ਸੱਚੀ ਹੋ ਗਿਆ ਹੋਏ, ਹੋ ਗਿਆ ਹੋਏ ਖੁਦਾ ਵਰਗਾ, ਤੇਰਾ ਯਾਰ ਕਹਾਉਣਾ, ਯਾਰ ਕਹਾਉਣਾ ਵੀ ਆ ਕਿਸੇ ਦੁਆ ਵਰਗਾ। ਦੋਗਲੇ ਬੰਦੇ ਸਦਾ ਸੂਰਿਆ ਦੋਗਲੇ ਰਹਿੰਦੇ ਨੇ, ਦੋਗਲੇ ਬੰਦੇ ਸਦਾ ਸੂਰਿਆ ਦੋਗਲੇ ਰਹਿੰਦੇ ਨੇ, ਅੱਜ ਵੀ ਸਾਡੇ ਬਾਪ ਨੂੰ ਕਰੇ ਸਿਆਸਤ ਕਹਿੰਦੇ ਨੇ, ਝੂਠਾ ਹੈ ਇਨਸਾਫ ਓਏ ਝੂਠੇ ਇਸ ਜਹਾਂ ਵਰਗਾ। ਸਿੱਧੂਆ ਤੂੰ ਸੱਚੀ ਹੋ ਗਿਆ ਓਏ ਖੁਦਾ ਵਰਗਾ, ਤੇਰਾ ਯਾਰ ਕਹਾਉਣਾ ਵੀ ਆ ਕਿਸੇ ਦੁਆ ਵਰਗਾ। ਮਾਂ ਆਪਣੀ ਹੁਣ ਸਭ ਦੀ ਬੇਬੇ ਬਣ ਗਈ ਯਾਰਾ ਓਏ, ਮਾਂ ਆਪਣੀ ਹੁਣ ਸਭ ਦੀ ਬੇਬੇ ਬਣ ਗਈ ਯਾਰਾ ਓਏ, ਗੱਲਾਂ ਤੇਰੀਆਂ ਅੱਜ ਵੀ ਯੂਥ ਨੂੰ ਦੇਣ ਸਹਾਰਾ ਓਏ, ਰਾਹ ਪੰਜਾਬ 'ਚ ਨਹੀਂ ਬਚਿਆ ਕੋਈ ਮੂਸੇ ਦੇ ਰਾਹ ਵਰਗਾ। ਸਿੱਧੂਆ ਤੂੰ ਸੱਚੀ ਹੋ ਗਿਆ ਓਏ ਖੁਦਾ ਵਰਗਾ, ਤੇਰਾ ਯਾਰ ਕਹਾਉਣਾ ਵੀ ਆ ਕਿਸੇ ਦੁਆ ਵਰਗਾ। ਸਿੱਧੂਆ ਤੂੰ ਸੱਚੀ ਹੋ ਗਿਆ ਓਏ ਖੁਦਾ ਵਰਗਾ। ਤੁਸੀਂ ਪਰੇਸ਼ਾਨ ਹੋ, ਅੱਜ ਹੀ ਸੰਪਰਕ ਕਰੋ ਬਾਬਾ ਫਤਿਹ ਖਾਨ 9413-0-73-72। ਮੋੜੀ ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਪਰੇਸ਼ਾਨੀ ਜਿਵੇਂ ਪਤੀ ਪਤਨੀ ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਪਿਆਰ ਚ ਧੋਖਾ, ਹੋਇਆ ਪਿਆਰ ਵਾਪਸ ਪਾਉਣਾ, ਕਰਜ਼ਾ ਮੁਕਤੀ, ਤਲਾਕ ਕੇਸ, ਵਿਦੇਸ਼ ਯਾਤਰਾ ਜਾਂ ਪੀਆਰ ਚ ਰੁਕਾਵਟ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਬਾਬਾ ਫਤਿਹ ਖਾਨ 9413-0-73-72।